ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਦਿਵਸ ਜਿਹੜਾ ਹੈ ਸ਼ਰਧਾ ਦੇ ਨਾਲ ਸੰਗਤ ਇੱਥੇ ਪਹੁੰਚ ਰਹੀ ਹੈ ਤਾਂ ਇਸ ਦੇ ਵਿੱਚ ਇੱਕ ਸਿੱਖ ਪ੍ਰਦਰਸ਼ਨੀ ਲਗਾਈ ਹੋਈ ਹੈ ਔਰ ਇਸ ਪ੍ਰਦਰਸ਼ਨੀ ਦੀ ਖਾਸੀਅਤ ਹੈ ਕਿ ਇਹ ਪ੍ਰਦਰਸ਼ਨੀ ਜਿਹੜੀ ਹੈ ਇਹ ਬਿਜਲੀ ਦੀਆਂ ਮੋਟਰਾਂ ਦੇ ਨਾਲ ਚੱਲਦੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਇੱਕ ਵਾਰ ਤੁਹਾਨੂੰ ਦਿਖਾਉਂਦੇ ਔਰ ਗੱਲਬਾਤ ਵੀ ਕਰਦੇ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਜੀ ਅੱਛਾ ਭਾਜੀ ਇਹ ਫਿਰ ਪ੍ਰਦਰਸ਼ਨੀ ਤਾਂ ਅਸੀਂ ਵੀ ਦੇਖੀਆਂ ਪਰ ਜਿੱਦਾਂ ਹੁਣ ਇਹਨੂੰ ਤੁਸੀਂ ਬਿਜਲੀ ਇਲੈਕਟ੍ਰੀਕਲ ਬਣਾਇਆ ਹੋਇਆ ਬਿਜਲੀ ਦੇ ਨਾਲ ਚੱਲਦੀ ਹੈ ਮੋਟਰਾਂ ਦੇ ਨਾਲ ਇਹ ਮਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵਿਚਾਰ ਕਿਵੇਂ ਆਇਆ ਸੀ ਵਿਚਾਰ ਐਵੇਂ ਆਇਆ ਜੀ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਦੇਖਿਆ ਵੀ ਜਿਵੇਂ ਮਤਲਬ ਕਿ ਸਿੱਖੀ ਵਾਲੇ ਪਾਸੇ ਜਾ ਨਹੀਂ ਰਿਹਾ ਹਨਾ ਕੋਈ ਸਮਝਾਉਣ ਨਹੀਂ ਰਿਹਾ ਬੱਚਿਆਂ ਨੂੰ ਹਨਾ ਮਾਂ ਪਿਓ ਵੀ ਤੇ ਸਾਡਾ ਇੱਥੇ ਮਨ ਕੀਤਾ ਫਤਿਹਗੜ੍ਹ ਸਾਹਿਬ ਅਸੀਂ ਆਏ ਅਸੀਂ ਮਨ 'ਚ ਸੋਚਿਆ ਅਸੀਂ ਮਿਸਤਰੀ ਹਨਾ ਰਾਮਗੜੀਏ ਤਾਂ ਸੋਚਿਆ ਅਸੀਂ ਵੀ ਲੱਕੜ ਦੀਆਂ ਬਣਾ ਤਿਆਰ ਕਰਕੇ ਮਤਲਬ ਲੋਕਾਂ ਨੂੰ ਥੋੜ੍ਹਾ ਜਾਗਰੂਕ ਕਰੀਏ ਹਨਾ ਤੇ ਫਿਰ ਇਸ ਤਰ੍ਹਾਂ ਅਸੀਂ ਪ੍ਰਦਰਸ਼ਨੀ ਤਿਆਰ ਕੀਤੀ ਇਹ ਜਿਹੜੀ ਚੱਕੀ ਲਗਾਈ ਹੋਈ ਹੈ ਹਾਂਜੀ ਹਾਂਜੀ ਇਹ ਬਾਬੇ ਨਾਨਕ ਦੀ ਚੱਕੀ ਹੈ ਜੀ ਇਹ ਬਾਬਰ ਨੂੰ ਜਾਬਰ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ ਹਨਾ ਤੇ ਉਹਨੇ ਫਿਰ ਸਜ਼ਾ ਦਿੱਤੀ ਬਾਬਾ ਜੀ ਨੂੰ ਕਹਿੰਦੇ ਵੀ ਅੰਦਰ ਜੇਲ੍ਹ 'ਚ ਕਰ ਦਿਓ ਹਨਾ ਤੇ ਕਹਿੰਦੇ ਚੱਕੀ ਪੀਸੋ ਬਾਬਾ ਜੀ ਨੂੰ ਕਹਿੰਦੇ ਨੀਹਾਂ 'ਚ ਚਿਨਾਰੇ ਹਾਂਜੀ ਨੀਹਾਂ 'ਚ ਚਰਾਇਆ ਛੋਟੇ ਸਾਹਿਬਜ਼ਾਦਿਆਂ ਨੂੰ ਇਹ ਉਹ ਬਣਾਈ ਅਸੀਂ ਪਲਾਈਆਂ ਕੱਟ ਕੇ ਨਾ ਮਤਲਬ ਬਹੁਤ ਮਿਹਨਤ ਨਾਲ ਬਣਾਈ ਹੈ ਕਿ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ ਇਹਦੀ ਮੋਟਰ ਮੈਨੂੰ ਲੱਗਦਾ ਰੁਕ ਗਈ ਹੈ ਨਾ ਹਾਂਜੀ ਇਹ ਥੋੜਾ ਜਿਹਾ ਹੋ ਜਾਂਦੀ ਪ੍ਰੋਬਲਮ ਜੋ ਲਗਾਤਾਰ ਚੱਲਦੀ ਹੈ 10-15 ਘੰਟੇ ਗਰਮ ਹੋ ਜਾਂਦੀ ਹੈ ਇਹ ਇਹਦਾ ਇਹ ਜਿਹੜੀ ਚੀਜ਼ ਹੈ ਵੀ ਉੱਪਰ ਥੱਲੇ ਇਹ ਚੀਜ਼ ਵੀ ਹੋਏਗੀ ਹੈ ਨਾ ਜੀ ਤੇਸੀ ਨਾਲ ਇਹ ਚੱਲਦੀ ਹੈ ਉੱਪਰ ਥੱਲੇ ਹਾਂਜੀ ਇਹ ਰੁਕ ਗਈ ਹੋਈ ਹੈ ਬਸ ਹੋਰ ਤਾਂ ਕੋਈ ਗੱਲ ਨਹੀਂ ਬਾਕੀ ਗਾਂਵਾਂ ਲਈ ਚੱਲ ਰਹੀਆਂ ਸਾਰੀਆਂ ਜਦੋਂ ਤਸੀਹ ਦਿੱਤੇ ਗਏ ਸੀ ਹੈ ਨਾ ਆਰਿਆਂ ਦੇ ਨਾਲ ਜਿਹੜਾ ਜਦੋਂ ਚੀਰਿਆ ਜਾ ਰਿਹਾ ਬਿਲਕੁਲ ਬਿਲਕੁਲ ਜੀ ਇਹਦੇ ਲਈ ਫਿਰ ਇੱਕ ਮਾਡਲ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਲਈ ਫਿਰ ਖਰਚਾ ਕਿੰਨਾ ਆ ਜਾਂਦਾ ਖਰਚਾ ਤਾਂ ਚਲੋ ਕੋਈ ਗੱਲ ਨਹੀਂ ਜਿਹੜਾ ਆਉਂਦਾ ਵਾ ਅਸੀਂ ਮਨ ਚ ਭਾਵਨਾ ਇਹ ਬਣਾਈ ਕਿ ਸੇਵਾ ਕਰੀਏ ਹਨਾ ਜਿੰਨੀ ਕਰ ਸਕਦੇ ਆ ਖਰਚੇ ਦੇ ਤਾਂ ਕੋਈ ਖਾਸ ਨਹੀਂ ਟਾਈਮ ਲੱਗ ਜਾਂਦਾ ਚਲੋ ਮਹੀਨਾ 20 ਦਿਨ ਲੱਗ ਜਾਂਦੇ ਬਣਦੇ ਬਣਦੇ ਇਹਨਾਂ ਨੂੰ ਤੇ ਲੋਕੀ ਕਈ ਚੜਾਵਾ ਵੀ ਚੜਾਉਂਦੇ ਪਰ ਅਸੀਂ ਮਨਾ ਕਰਦੇ ਉਹਨਾਂ ਨੂੰ ਉਹ ਚੜਾਵੇ ਦੇ ਅਸੀਂ ਇਹ ਨਹੀਂ ਕਿ ਪੈਸੇ ਅਸੀਂ ਮਤਲਬ ਕਿ ਇੱਧਰ ਉੱਧਰ ਕਿਤੇ ਖਰਚ ਲੈਣੇ ਆ ਅਸੀਂ ਸੇਵਾ 'ਚ ਲਾ ਦਿੰਦੇ ਪ੍ਰਦਰਸ਼ਨੀਆਂ ਬਣਾ ਦਿੰਦੇ ਹਰ ਇੱਕ ਸਾਲ ਇੱਥੇ ਲੈ ਕੇ ਆਈ ਦੇ ਆ ਹੋਰ ਵੀ ਕੋਈ ਜਿੱਥੇ ਕਵੇ ਗੁਰਦੁਆਰੇ 'ਚ ਧਾਰਮਿਕ 'ਚ ਉੱਥੇ ਲਾ ਦੇ ਦਈਏ ਹਾਂਜੀ ਜਦੋਂ ਬਾਬਾ ਨਾਨਕ ਜੀ ਵੱਲੋਂ ਭੋਜਨ ਛਕਾਏ ਗਏ ਹਾਂਜੀ ਇਹ ਉਹ ਜਦੋਂ 20 ਰੁਪਏ ਦਾ ਬਾਬਾ ਜੀ ਨੇ ਦਿੱਤਾ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਸਾਧੂਆਂ ਨੂੰ ਤਾਂ ਫਿਰ ਉਹ ਲੰਗਰ ਚੱਲਦਾ ਹੁੰਦਾ ਅਜੇ ਤੱਕ ਜੀ ਇਹ ਸਾਧੂਆਂ ਨੂੰ ਛਕਾਇਆ ਸੀ ਲੰਗਰ ਹਾਂਜੀ ਉਹ ਵੀ ਲੰਗਰ ਜਿਹੜਾ ਅੱਜ ਤੱਕ ਚੱਲੀ ਜਾ ਰਿਹਾ ਬਿਲਕੁਲ ਬਿਲਕੁਲ ਜੀ ਇਹ ਹੈਗੀ ਹੈ ਭਾਈ ਤਾਰੂ ਸਿੰਘ ਜੀ ਦੀ ਹਨਾ ਜਦੋਂ ਖੋਪਰਲਾ ਆਇਆ ਸੀਗਾ ਇਹ ਉਹ ਜਿਹੜੀ ਤਸਵੀਰ ਜਿਹੜੀ ਹੈਗੀ ਹੈ ਫਿਰ ਤੁਸੀਂ ਆਪ ਬਣਵਾਈਆਂ ਕਹਿ ਕੇ ਬਣਵਾਈਆਂ ਇਦਾਂ ਦੀਆਂ ਹਾਂਜੀ ਫਲੈਕਸਿੰਗ ਕਢਾਈ ਦੀਆਂ ਜੀ ਪਹਿਲਾਂ ਫਿਰ ਉਹ ਹਿਸਾਬ ਨਾਲ ਅਸੀਂ ਪਲਾਈਆਂ ਲਿਆ ਕੇ ਉਹਦੀ ਕਟਿੰਗ ਕਰ ਦਈਏ ਫਿਰ ਪਿੱਛੇ ਮੋਟਰਾਂ ਲਾਈ ਦੀਆਂ ਯਾਨੀ ਕਿ ਬਹੁਤ ਮਿਹਨਤ ਦਾ ਕੰਮ ਆ ਹਾਂਜੀ ਸਲੀਏ ਦੀ ਪੇਸ਼ ਕੀਤੀ ਹੈ ਸਾਰੀ ਮਤਲਬ ਲੋਕੀ ਰੋਣ ਲੱਗ ਜਾਂਦੇ ਦੇਖ ਕੇ ਜੀ ਸਹੀ ਗੱਲ ਹੈ ਦਰਦ ਜਿਹੜਾ ਬਿਆਨ ਕਰਦਾ ਹੈ ਜਿਹੜੇ ਕੇਸ ਹੈਗੇ ਨੇ ਤੁਸੀਂ ਦੇਖ ਰਹੇ ਹੋ ਵੀ ਕਿਵੇਂ ਕੇਸ ਵੀ ਜਿਹੜੇ ਆ ਵਕਤ ਤੋਂ ਉਵੇਂ ਹੀ ਦੱਸਿਆ ਗਿਆ ਜੋ ਇਤਿਹਾਸ ਦੇ ਵਿੱਚ ਵਾਪਰਿਆ ਕਈ ਤੇ ਬੀਬੀਆਂ ਮੇਰੇ ਵੀਰ ਆ ਕੇ ਰੋਣ ਲੱਗ ਜਾਂਦੇ ਜੀ ਇੱਥੇ ਹਾਂਜੀ ਬਹੁਤ ਜ਼ਿਆਦਾ ਬੱਚੇ ਵੀ ਕਰਨ ਲੱਗ ਜਾਂਦੇ ਉਹ ਬਰਾਗ ਅਸੀਂ ਤਾਂ ਇਹ ਕਹਿੰਦੇ ਵੀ ਚਲੋ ਲੋਕਾਂ ਨੂੰ ਪਤਾ ਲੱਗੇ ਵੀ ਆਪਣੇ ਵਾਸਤੇ ਕੀ ਕੋਈ ਕੀਤਾ ਹਨਾ ਗੁਰੂਆਂ ਨੇ ਹਨਾ ਸਿੰਘਾਂ ਨੇ ਤੇ ਲੋਕਾਂ ਨੂੰ ਇਹ ਮੈਂ ਤਾਂ ਇਹ ਕਹਿੰਦਾ ਵੀ ਦਾੜੀ ਦੂੜੀ ਕਟਾਉਣੀ ਨਹੀਂ ਚਾਹੀਦੀ ਹੁਣ ਜਿਹੜੇ ਲੋਕੀ ਪੁੱਠੇ ਪਾਸੇ ਜਾ ਰਹੇ ਆ ਆਪਣੇ ਕਈ ਨੌਜਵਾਨ ਜਿਹੜੇ ਸਿੰਘ ਆ ਹਨਾ ਕਈ ਪੁੱਠੇ ਪਾਸੇ ਜਾ ਰਹੇ ਨਸ਼ੇ ਪੱਤਿਆਂ ਨਾ ਕਰਨ ਇਹ ਕਹਿੰਦਾ ਜ਼ਬਾਨੀ ਜਿਹੜੀ ਆ ਉਹ ਹਮੇਸ਼ਾ ਜਿਹੜੀ ਯਾਦ ਰੱਖਣੀ ਚਾਹੀਦੀ ਹੈ ਤੇ ਅੱਗੇ ਬਾਬਾ ਦੀਪ ਸਿੰਘ ਜੀ ਆ ਗਏ ਹਾਂਜੀ ਇਹ ਬਾਬਾ ਦੀਪ ਸਿੰਘ ਜੀ ਲਕੀਰ ਖਿੱਚੀ ਬਾਬਾ ਜੀ ਨੇ ਹਨਾ ਤੇ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਦੇਣੀਆਂ ਹੈ ਉਹ ਇਸ ਪਾਸੇ ਆ ਜਾਓ ਹਨਾ ਤੇ ਉਹ ਵਾਲੀ ਹੈ ਹਾਂਜੀ ਅੱਗੇ ਇੱਕ ਆਖਰੀ ਤੁਹਾਡੀ ਹੋਰ ਹੈਗੀ ਹੈ ਨਾ ਭਾਈ ਮਨੀ ਸਿੰਘ ਹਾਂਜੀ ਭਾਈ ਮਨੀ ਸਿੰਘ ਜੀ ਦੀ ਹੈ ਇਹ ਵੀ ਬਹੁਤ ਸੋਹਣੀ ਬਣੀ ਹੈ ਦੇਖ ਲਓ ਜਮਾਂ ਸ੍ਰੀ ਦੀ ਪੇਸ਼ ਕੀਤੀ ਹੋਈ ਇੱਥੇ ਵੀ ਬੱਚੇ ਬਹੁਤ ਦੇਖਦੇ ਆ ਕੇ ਪੁੱਛਦੇ ਆ ਨਾਲੇ ਮਾਂ ਪਿਓ ਨੂੰ ਆਪਣੇ ਦੱਸਣਾ ਪੈਂਦਾ ਨਾਲੇ ਕੋਲੇ ਖੜ ਕੇ ਕਈ ਵਾਰ ਕਈਆਂ ਨੂੰ ਨਹੀਂ ਪਤਾ ਹੁੰਦਾ ਹਨਾ ਤਾਂ ਕਰਕੇ ਠੀਕ ਹੈ ਅੱਗੇ ਵੀ ਹੋਰ ਕੋਈ ਸੋਚਿਆ ਬਣਾਉਣ ਲਈ ਹਾਂਜੀ ਪ੍ਰਦਰਸ਼ਨੀਆਂ ਤੇ ਹੋਰ ਵੀ ਪਈਆਂ ਆਪਣੇ ਕੋਲ ਵੱਡੀਆਂ ਘਰੇ ਬਣੀਆਂ ਹੋਈਆਂ ਸਾਰੀਆਂ ਜਗ੍ਹਾ ਦੀ ਕਮੀ ਕਰਕੇ ਕਰਕੇ ਥੋੜਾ ਜਿਹਾ ਅਸੀਂ ਯਾਰ ਕਿ ਲੇਟ ਵੀ ਹੋ ਗਏ ਸੀਗੇ ਇਹ ਤਾਂ ਅਸੀਂ ਵੱਧ ਜਗ੍ਹਾ ਕਰਕੇ ਵੱਧ ਲਾ ਦਿੰਦੇ ਹੁੰਦੇ ਕਈ ਵਾਰੀ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇਹ ਜਿਹੜਾ ਹੈ ਇੱਕ ਸਿੱਖ ਇਤਿਹਾਸ ਪ੍ਰਦਰਸ਼ਨੀ ਹੈ ਔਰ ਵੱਡੀ ਗੱਲ ਹੈ ਕਿ ਇੱਥੇ ਬਿਜਲੀ ਦੀਆਂ ਮੋਟਰਾਂ ਦੇ ਨਾਲ ਇਸਤੇਮਾਲ ਕੀਤਾ ਗਿਆ ਜੇਕਰ ਬੈਕ ਸਾਈਡ ਤੇ ਦੇਖਿਆ ਜਾਵੇ ਤਾਂ ਬਿਜਲੀ ਦੀਆਂ ਮੋਟਰਾਂ ਲਗਾਈਆਂ ਹੋਈਆਂ ਨੇ ਕੈਮਰਾ ਪਰਸਨ ਹਰਵਿੰਦਰ ਸਿੰਘ ਦੇ ਨਾਲ ਰਾਹੁਲ ਕਾਲਾ ਦਾ ਖਾਲਸ ਟੀਵੀ ਸ੍ਰੀ ਫਤਿਹਗੜ੍ਹ ਸਾਹਿਬ